ਅੱਜਕੱਲ ਤੁਸੀਂ ਦੇਖ ਰਹੇ ਹੋ ਕਿ ਮੌਸਮ ਬਦਲ ਚੁੱਕਾ ਤੇ ਮੌਸਮ ਬਦਲਣ ਦੇ ਨਾਲ ਲੋਕ ਇਸ ਸਮੇਂ ਵਾਇਰਲ ਤੋਂ ਬਹੁਤ ਜਿਆਦਾ ਪੀੜਤ ਨੇ ਤੇ ਬਹੁਤ ਸਾਰਿਆਂ ਨੂੰ ਡੇਂਗੂ ਵੀ ਹੋ ਰਿਹਾ, ਕਿਸੇ ਨੂੰ ਟਾਈਫਾਇਡ ਵੀ ਹੋ ਰਿਹਾ। ਘਰ ਘਰ ਵਿੱਚ ਇੱਕ ਇੱਕ ਦੋ ਦੋ ਮਰੀਜ਼ ਇਸ ਸਮੇਂ ਇਸ ਬੁਖਾਰ ਤੋਂ ਪੀੜਤ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਨਾਲ ਡਾਕਟਰਾਂ ਦੀ ਸਲਾਹ ਤਾਂ ਇਹ ਵੀ ਹੈ ਕਿ ਇਹਨਾਂ ਦੇ ਨਾਲ ਜਿਹੜੀ ਜ਼ਿਆਦਾ ਦਵਾਈ ਦੀ ਨਾਲੋਂ ਪਰਹੇਜ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਪਰ ਫਿਰ ਵੀ ਲੋਕ ਡਾਕਟਰਾਂ ਕੋਲ ਜਾਂਦੇ ਨੇ ਤੇ ਕਈ ਥਾਵਾਂ ਦੇ ਉੱਤੇ ਡਾਕਟਰਾਂ ਵੱਲੋਂ ਮੋਟੀ ਕਮਾਈ ਵੀ ਕੀਤੀ ਜਾਂਦੀ ਹੈ ਤੇ ਇਸ ਸਾਰੇ ਵਰਤਾਰੇ ਨੂੰ ਅਸੀਂ ਸਮਝਣ ਦੇ ਲਈ ਡਾਕਟਰ ਦਲੇਰ ਸਿੰਘ ਮੁਲਤਾਨੀ ਉਹਨਾਂ ਨਾਲ ਗੱਲ ਕਰਨ ਲੱਗੇ ਹਾਂ। ਡਾਕਟਰ ਮੁਲਤਾਨੀ ਨੇ ਖੁਦ ਇਸ ਪੇਸ਼ੇ ਨਾਲ ਤਕਰੀਬਨ 3 ਦਹਾਕੇ ਤੱਕ ਜੁੜੇ ਰਹੇ ਨੇ ਤੇ ਇਸ ਦੇ ਨਾਲ ਨਾਲ ਉਹ ਪੰਜਾਬ ਦੇ ਵਿੱਚ CM ਦੀ ਭੂਮਿਕਾ ਵੀ ਨਿਭਾ ਚੁੱਕੇ ਨੇ। ਮੈਂ ਗੱਲ ਕਰਦੇ ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦਰਸ਼ਨ ਜੀ, ਤੁਹਾਨੂੰ ਵੀ ਤੇ ਤੁਹਾਡੇ ਸਾਰੇ ਦੋਸਤਾਂ ਮਿੱਤਰਾਂ ਨੂੰ ਸੁਣਨ ਵਾਲਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ ਜਦੋਂ ਇਹ ਮੌਸਮ ਆਉਂਦਾ, ਖਾਸ ਤੌਰ ਤੇ ਅਕਤੂਬਰ ਦਾ ਮਹੀਨਾ ਜਾਂ ਨਵੰਬਰ ਦਾ ਮਹੀਨਾ, ਇਹਨਾਂ ਦਿਨਾਂ ਦੇ ਵਿੱਚ ਵਾਇਰਲ ਬਹੁਤ ਜ਼ਿਆਦਾ ਹੋ ਜਾਂਦਾ ਹੈ, ਇਸ ਦੇ ਪਿੱਛੇ ਕੀ ਕਾਰਨ ਹੈ? ਦਰਸ਼ਨ ਜੀ, ਦੇਖਣ ਵਾਲੀ ਗੱਲ ਹੈਗੀ ਹੈ ਕਿ ਇਹ ਜਿਹੜੇ ਬੁਖਾਰ ਨੇ ਇਹ ਆਮ ਤੌਰ ਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਇਹ ਮੌਸਮ ਤੇ ਡਿਪੈਂਡੈਂਟ ਹੁੰਦੇ ਨੇ। ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਇਸ ਮੌਸਮ ਦੇ ਵਿੱਚ ਆ ਕੇ ਇਹ ਡੇਂਗੂ ਦਾ ਤੇ ਵਾਇਰਲ ਈਵਨ ਟਾਈਫਾਇਡ ਬੁਖਾਰ ਵੀ ਇਹ ਵੱਧ ਜਾਂਦੇ ਆ ਕੇਸਿਸ ਕਮੈਂਟਲੀ ਕਾਫੀ। ਉਸਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਕਿ ਇੱਕ ਤਾਂ ਇਹ ਜਿਹੜੀ ਚੀਜ਼ ਨੇ ਫੈਲਾਉਣੇ ਹੁੰਦੇ ਆ, ਜਿਵੇਂ ਆਪਾਂ ਕਹਿੰਦੇ ਹਾਂ ਕਿ ਡੇਂਗੂ ਵਾਲਾ ਮੱਛਰ ਹੁੰਦਾ, ਮਲੇਰੀਆ ਵਾਲੇ ਮੱਛਰ ਦੀ ਵੀ ਆਪਾਂ ਗੱਲ ਕਰਦੇ ਹਾਂ, ਇਹ ਪਾਣੀ ਇਕੱਠੇ ਹੋਣ ਤੇ ਬੈਠਦੇ ਆ। ਜਿਵੇਂ ਜਿਹੜਾ ਮਲੇਰੀਆ ਵਾਲਾ ਹੈਗਾ ਮੱਛਰ, ਉਹ ਮੱਛਰ ਜਿਹੜਾ ਸੀਗਾ ਉਹ ਗੰਦੇ ਪਾਣੀ ਤੇ ਬੈਠਦਾ ਹੁੰਦਾ ਸੀ। ਇਹ ਜਿਹੜਾ ਡੇਂਗੂ ਵਾਲਾ ਮੱਛਰ ਹੈਗਾ ਇਹ ਵੱਖਰਾ ਮੱਛਰ ਹੈ ਔਰ ਇਹ ਸਾਫ਼ ਪਾਣੀ ਤੇ ਬੈਠਦਾ ਤੇ ਸਾਫ਼ ਜਗ੍ਹਾ ਤੇ ਰਹਿੰਦਾ, ਇਸ ਕਰਕੇ ਇਸ ਨੂੰ ਅਸੀਂ ਰਿਚਮੈਨ ਮਲੇਰੀਆ ਵੀ ਕਹਿੰਦੇ ਸੀ ਉਹ, ਕਿਉਂਕਿ ਇਹ ਬਹੁਤੀ ਵਾਰੀ ਪਹਿਲਾਂ ਸ਼ਹਿਰਾਂ ਚ ਹੁੰਦਾ ਸੀਗਾ, ਅੱਜ ਕੱਲ ਤੇ ਵੈਸੇ ਕਿਉਂਕਿ ਪਿੰਡਾਂ ਚ ਵੀ ਉਸੇ ਤਰ੍ਹਾਂ ਹੋ ਗਿਆ, ਇਸ ਕਰਕੇ ਪਿੰਡਾਂ ਚ ਵੀ ਇਹ ਫੈਲ ਗਿਆ। ਇੱਕ ਕਾਰਨ ਤਾਂ ਇਹ ਹੁੰਦਾ, ਦੂਸਰਾ ਉਹਦਾ ਇਹ ਹੈਗਾ ਕਿ ਜਿਵੇਂ ਪਾਣੀ ਇਕੱਠਾ ਹੋਏਗਾ ਉਦਾਂ ਹੀ ਤੁਹਾਡਾ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਦੇ ਚ ਵੀ ਗੰਦ ਜਿਹੜਾ ਹੈਗਾ ਉਹ ਫੈਲੇਗਾ, ਉਹ ਵੀ ਉਸੇ ਗੱਲ ਦਾ ਹੀ ਕਾਰਨ ਬਣੇਗਾ। ਇਹ ਦੋ ਗੱਲਾਂ ਜਿਹੜੀਆਂ ਇੰਪੋਰਟੈਂਟ ਹੁੰਦੀਆਂ ਕਿ ਪਾਣੀ ਦਾ ਇਕੱਠਾ ਹੋਣਾ ਤੇ ਪਾਣੀ ਦਾ ਖਰਾਬ ਹੋ ਜਾਣਾ ਤੇ ਉਹਦੇ ਨਾਲ ਹੀ ਫਿਰ ਤੁਹਾਡੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਖਰਾਬ ਹੋਣਾ, ਇਹ ਬੇਸਿਕ ਕਾਰਨ ਹੈ। ਬਾਕੀ ਕਿਹਦੇ ਕਿਹਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮਲੇਰੀਏ ਵਾਲਾ ਮੱਛਰ ਜਿਹੜਾ ਹੈਗਾ ਉਹ ਵੱਖਰਾ ਹੁੰਦਾ ਹੈ, ਡੇਂਗੂ ਵਾਲਾ ਮੱਛਰ ਜਿਹੜਾ ਹੈਗਾ ਉਹ ਵੱਖਰਾ ਹੁੰਦਾ ਹੈ, ਇਸੇ ਤਰ੍ਹਾਂ ਟਾਈਫਾਇਡ ਦਾ ਜਿਹੜਾ ਬੈਕਟੀਰੀਆ ਉਹ ਵੱਖਰਾ ਹੈਗਾ ਤੇ ਵਾਇਰਲ ਬੁਖਾਰ ਜਿਹੜੀਆਂ ਹੈਗੀਆਂ ਨੇ ਉਹ ਵੱਖਰੇ ਵੱਖਰੇ ਕਿਸਮ ਦੀਆਂ ਜਿਹੜੀਆਂ ਆਉਂਦੀਆਂ ਨੇ। ਲੇਕਿਨ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਕਿਸੇ ਵੀ ਬੁਖਾਰ ਨੂੰ ਤੁਸੀਂ ਲਾਈਟਲੀ ਜਿਹਾ ਨਾ ਲਓ, ਕਿਉਂਕਿ ਬੁਖਾਰ ਇੱਕ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਸਰੀਰ ਦੇ ਅੰਦਰ ਕੁਛ ਗਲਤ ਹੋ ਗਿਆ ਜਾਂ ਕੁਛ ਗਲਤ ਅੰਦਰ ਐਂਟਰ ਕਰ ਗਿਆ ਵਿੱਚ ਤੇ ਉਹਦਾ, ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਉਹ ਡਾਕਟਰ ਕੋਲ ਡਾਕਟਰ ਦੀ ਸਲਾਹ ਲਓ। ਜਿਹੜੀ ਤੁਸੀਂ ਨਾਲ ਗੱਲ ਕਹੀ ਹੈ ਕਿ ਡਾਕਟਰ ਨੂੰ ਮਿਸਯੂਜ ਕਰਦੇ ਨੇ, ਮੈਂ ਇਸ ਗੱਲ ਦੇ ਉੱਤੋਂ ਕੋਈ ਇਨਕਾਰ ਨਹੀਂ ਹੈ ਕਿ ਕਈ ਥਾਵਾਂ ਦੇ ਉੱਤੇ ਇੰਨਾ ਕਮਰਸ਼ਲਾਈਜੇਸ਼ਨ ਹੋ ਗਈ ਹੈ ਕਿ ਮਰੀਜ਼ ਨੂੰ ਕਾਫੀ ਜ਼ਿਆਦਾ ਇਹ ਜਿਹੜਾ ਫਾਈਨੈਂਸ਼ੀਅਲ ਲੋਸ ਹੈ ਉਹ ਸਹਿਣਾ ਪੈ ਰਿਹਾ ਹੈ ਡਾਕਟਰਾਂ ਦੇ ਲਾਲਚ ਕਰਕੇ। ਪਰ ਉਹਦਾ ਨਾਲ ਹੀ ਇੱਕ ਨਾ ਦੂਸਰਾ ਐਸਪੈਕਟ ਜ਼ਰੂਰ ਹੁੰਦਾ ਦਰਸ਼ਨ ਜੀ, ਉਹ ਇਹ ਹੁੰਦਾ ਕਿ ਜੇ ਤੁਸੀਂ ਅਣਗਹਿਲੀ ਕਰੋਗੇ ਤਾਂ ਤੁਸੀਂ ਫਸ ਵੀ ਸਕਦੇ ਹੋ। ਇਸ ਕਰਕੇ ਨਾ ਡਾਕਟਰਸ ਕਈ ਵਾਰੀ ਟੈਸਟ ਤਾਂ ਕਰਾਉਂਦੇ ਆ ਪਰ ਕਈ ਵਾਰੀ ਓਵਰ ਕਰਾ ਜਾਂਦੇ ਆ, ਜਿੱਥੇ ਆਣ ਕੇ ਆਪਾਂ ਨੂੰ ਪ੍ਰੋਬਲਮ ਹੈ। ਟੈਸਟ ਕਰਾਉਣ ਚ ਕੋਈ ਹਰਜ ਨਹੀਂ, ਜਿੱਥੇ ਜ਼ਰੂਰਤ ਹੈਗੀ ਉੱਥੇ ਕਰਾਉਣੇ ਚਾਹੀਦੇ ਨੇ, ਭਾਵੇਂ ਮਹਿੰਗਾ ਹੋਵੇ ਭਾਵੇਂ ਸਸਤਾ ਹੋਵੇ, ਲੇਕਿਨ ਉਹਨਾਂ ਕਰਾਉਣਾ ਚਾਹੀਦਾ ਜਿੰਨੀ ਜ਼ਰੂਰਤ ਹੈ। ਤੇ ਉਹ ਲਾਲਚ ਬੁਰੀ ਬਲਾ ਵਾਲੀ ਗੱਲ ਹੈਗੀ ਹੈ ਕਿ ਲਾਲਚ ਆਪਣੇ ਚ ਹੁਣ ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਫਸ ਗਿਆ। ਚਲੋ ਇਹ ਗੱਲਾਂ ਤਾਂ ਹੁਣ ਸਾਰਿਆਂ ਨੂੰ ਪਤਾ ਹੈ, ਇਹਦੇ ਬਾਰੇ ਕੋਈ ਬਹੁਤਾ ਜ਼ਿਆਦਾ ਆਪਾਂ ਨੂੰ ਡਿਸਕਸ਼ਨ ਦੀ ਜ਼ਰੂਰਤ ਨਹੀਂ। ਸਵਾਲ ਤਾਂ ਇਹ ਹੈਗਾ ਕਿ ਜੇ ਇਹ ਬੁਖਾਰ ਹੈਗੇ ਆ ਤਾਂ ਇਹਨਾਂ ਤੋਂ ਬਚਾਉਣਾ ਕਿਵੇਂ ਹੈ? ਇੱਕ ਗੱਲ ਤਾਂ ਮੈਂ ਇਹ ਗੱਲ ਕਹਾਂਗਾ ਕਿ ਜਦੋਂ ਵੀ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਤੁਹਾਨੂੰ ਲੱਗਦਾ ਕਿ ਥਕਾਵਟ ਹੋ ਰਹੀ ਹੈ ਜਾਂ ਕੋਈ ਘਬਰਾਹਟ ਹੋ ਰਹੀ ਹੈ ਜਾਂ ਕੋਈ ਸਿਰ ਦਰਦ ਹੋ ਰਿਹਾ ਜਾਂ ਕੋਈ ਟੱਟੀਆਂ ਉਲਟੀਆਂ ਲੱਗੀਆਂ ਨੇ, ਕੋਈ ਪੇਟ ਦਰਦ ਹੋ ਰਹੀ ਹੈ, ਇਹ ਸਾਰੀਆਂ ਨਿਸ਼ਾਨੀਆਂ ਨੇ। ਕੋਈ ਜ਼ਰੂਰੀ ਨਹੀਂ ਕਿ ਬੁਖਾਰ ਤੁਹਾਨੂੰ ਬਾਹਰ ਹੀ ਹੱਥ ਲਾ ਕੇ ਪਤਾ ਲੱਗੇ ਤੇ ਤਾਂ ਹੀ ਤੁਸੀਂ ਜਿਹੜਾ ਹੈਗਾ ਕਹਿਣਾ ਕਿ ਮੈਂ ਬਿਮਾਰ ਹਾਂ, ਨਹੀਂ।
जी ਉਹ ਜਿਵੇਂ ਅੱਜ ਕੱਲ ਇਹ ਹੋ ਰਿਹਾ ਕਿ ਜੇ ਤੁਹਾਡਾ ਸਿਰ ਦਰਦ ਹੁੰਦੀ ਹੋਵੇ ਬਹੁਤ ਜ਼ਿਆਦਾ ਤਾਂ ਚਾਂਸਸ ਇਹ ਹੈਗੇ ਨੇ ਕਿ ਡੇਂਗੂ ਹੋਏਗਾ, ਜੇ ਟੱਟੀਆਂ ਉਲਟੀਆਂ ਲੱਗੀਆਂ ਨੇ ਤਾਂ ਵੀ ਡੇਂਗੂ ਹੋਣ ਦੇ ਚਾਂਸ ਨੇ, ਪੇਟ 'ਚ ਦਰਦ ਹੁੰਦੀ ਹੈ ਤਾਂ ਵੀ ਚਾਂਸਸ ਹੈਗੇ ਨੇ, ਈਵਨ ਤੁਹਾਡਾ ਗਲਾ ਖਰਾਬ ਹੋਇਆ ਉਹਦੇ 'ਚ ਵੀ ਚਾਂਸਸ ਰਹਿਣਗੇ ਵਿੱਚ ਜਿਹੜੀ ਹੈਗੀ ਆ। ਸੋ ਅੱਛਾ ਉਹਨਾਂ ਨੂੰ ਨਾ ਇਸ ਕਰਕੇ ਇਕੱਲਾ ਬੁਖਾਰ ਥਰਮੋਮੀਟਰ ਲਾ ਕੇ ਦੇਖ ਲੈਣਾ, ਲੇਕਿਨ ਇੱਕ ਅੱਜ ਕੱਲ ਤਾਂ ਚਲੋ ਇਲੈਕਟ੍ਰੋਨਿਕ ਥਰਮਾਮੀਟਰ ਆ ਗਿਆ, ਨਹੀਂ ਤਾਂ ਅਸੀਂ ਇਹ ਮੰਨ ਕੇ ਚੱਲਦੇ ਸੀ ਕਿ ਥਰਮਾਮੀਟਰ ਵੀ ਜਿਹੜਾ ਹੈਗਾ ਉਹ 1 ਮਿੰਟ ਤੋਂ ਘੱਟ ਨਹੀਂ ਲਾਉਣਾ ਹੁੰਦਾ ਤੇ 2 ਮਿੰਟ ਤੋਂ ਜ਼ਿਆਦਾ ਨਹੀਂ। ਜੇ ਉਹ ਅੱਛਾ ਹਾਂ ਉਹਨੂੰ ਐਵਰੇਜ 1.5 ਮਿੰਟ ਜਿਹੜਾ ਹੈਗਾ ਉਹ ਲਾ ਕੇ ਤੇ ਆਪਾਂ ਉਸ ਨੂੰ ਮੈਜਰ ਕਰਨਾ ਹੁੰਦਾ ਵਿੱਚ। ਜੀ ਦੂਸਰਾ ਉਹਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਪਾਣੀ ਜ਼ਿਆਦਾ ਪੀਓ ਜੇ ਤੁਹਾਨੂੰ ਬੁਖਾਰ ਹੁੰਦਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਕੋਈ ਚੀਜ਼ ਜਦੋਂ ਉਬਲਦੀ ਹੈ ਤਾਂ ਉਹ ਫਿਰ ਪਾਣੀ ਵੈਪੋਰੇਟ ਹੁੰਦਾ ਹੈ ਨਾ, ਇੱਕ ਪਾਣੀ ਜ਼ਿਆਦਾ ਪੀਣਾ ਹੁੰਦਾ। ਡੇਂਗੂ ਦਾ ਤਾਂ ਖਾਸ ਕਰਕੇ ਸਪੈਸੀਫਿਕਲੀ ਇਹ ਹੈ, ਜੀ ਦੂਸਰੇ ਵੀ ਕੋਈ ਬੁਖਾਰ ਹੋਵੇ ਤਾਂ ਉਹਦੇ 'ਚ ਪਾਣੀ ਜ਼ਿਆਦਾ ਪੀਣਾ ਹੁੰਦਾ, ਤੇ ਨਾਲ ਇਹ ਹੈਗਾ ਕਿ ਪੈਰਾਸੀਟਾਮੋਲ ਵਾਲੀ ਗੋਲੀ ਜਿਹੜੀ ਹੈਗੀ ਆ ਉਹ ਲੈਣੀ। ਠੀਕ ਹੈ, ਹਾਂ ਡੋਲੋ ਵੀ ਲੈ ਉਹ ਸਕਦੇ ਜੀ। ਐਸਪਰੀਨ ਡਿਸਪਰੀਨ ਨਹੀਂ ਲੈਣੀ, ਬਿਲਕੁਲ ਨਹੀਂ ਲੈਣੀ। ਠੀਕ ਹੈ, ਡੋਲੋ। ਡੋਲੋ ਜਿਹੜੀ ਹੈਗੀ ਆ ਉਹ ਪੈਰਾਸੀਟਾਮੋਲ ਹੀ ਹੁੰਦੀ ਹੈ, ਅੱਛਾ ਉਹਦਾ ਨਾਮ ਜਿਹੜਾ ਵੱਖਰਾ ਹੈ, ਉਹ 500 ਮਿਲੀਗ੍ਰਾਮ ਵਾਲੀ ਵੀ ਤੇ 650 ਮਿਲੀਗ੍ਰਾਮ ਵਾਲੀ ਵੀ ਹੈਗੀ ਆ। ਅਡਲਟ ਡੋਜ਼ ਜਿਹੜੀ ਹੈਗੀ ਆ ਉਹ 650 ਮਿਲੀਗ੍ਰਾਮ ਹੁੰਦੀ ਹੈ। ਜਿੰਨੀ ਦੇਰ ਤੱਕ ਮੰਨ ਲਓ ਤੁਸੀਂ ਡਾਕਟਰ ਕੋਲ ਨਹੀਂ ਜਾਣਾ ਚਾਹੁੰਦੇ ਜਾਂ ਤੁਹਾਨੂੰ ਡਾਕਟਰ ਕੋਲ ਜਾਣ ਤੋਂ ਡਰ ਲੱਗਦਾ, ਤੇ ਸਭ ਤੋਂ ਸੌਖਾ ਤਰੀਕਾ ਹੈਗਾ ਕਿ ਡੋਲੋ ਜਾਂ ਇਹੀ ਪੈਰਾਸੀਟਾਮੋਲ ਜਾਂ ਕਰੋਸਨ ਜਿਹੜੀ ਹੈਗੀ ਹੈ ਉਹ 1 ਦਿਨ 'ਚ 3-4 ਵਾਰੀ ਵੀ ਲਈ ਜਾ ਸਕਦੀ ਹੈ, ਕਿਉਂਕਿ ਉਹਦਾ ਅਸਰ ਜਿਹੜਾ ਹੈਗਾ ਉਹ 4-5 ਘੰਟੇ ਤੋਂ ਜ਼ਿਆਦਾ ਨਹੀਂ ਹੁੰਦਾ, ਉਸ ਤੋਂ ਬਾਅਦ ਫਿਰ ਦੁਬਾਰਾ ਲੈਣੀ ਪੈਂਦੀ ਹੈ ਵਿੱਚ ਜੇ। ਠੀਕ ਪਰ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਬੁਖਾਰ ਜਿਹੜਾ ਹੈਗਾ ਤੁਹਾਡਾ 2 ਦਿਨ ਨਹੀਂ ਉਤਰਿਆ ਜਾਂ ਤੁਹਾਨੂੰ ਥਕਾਵਟ ਬਹੁਤ ਜ਼ਿਆਦਾ ਹੋ ਰਹੀ ਹੈ ਜਾਂ ਕੋਈ ਟੱਟੀਆਂ ਉਲਟੀਆਂ ਲੱਗ ਰਹੀਆਂ ਨੇ ਜਾਂ ਸਿਰ ਦਰਦ ਬਹੁਤ ਜ਼ਿਆਦਾ ਹੋ ਰਹੀ ਹੈ, ਜੋੜਾਂ 'ਚ ਦਰਦ ਹੋ ਰਹੀ ਹੈ, ਥਕਾਵਟ ਹੋ ਰਹੀ ਹੈ, ਤਾਂ ਫਿਰ ਤੁਸੀਂ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ। 1-2 ਦਿਨ ਤੱਕ ਤੁਸੀਂ ਵੇਟ ਕਰ ਸਕਦੇ ਹੋ, ਠੀਕ ਹੈ, ਉਹ ਵੇਟ ਕਰ ਸਕਦੇ ਹੋ ਡੋਲੋ ਵਾਲੀ ਗੋਲੀ ਦੇ ਨਾਲ ਤੇ ਪਾਣੀ ਜ਼ਿਆਦਾ ਪੀ ਕੇ। ਠੀਕ ਇੱਕ ਹੈ, ਜਿਹੜਾ ਦਰਸ਼ਨ ਜੀ ਜਿਹੜਾ ਇੱਕ ਹੋਰ ਬਹੁਤ ਅੱਜ ਕੱਲ੍ਹ ਰਿਵਾਜ਼ ਚੱਲਿਆ ਹੋਇਆ ਜੀ, ਤੁਸੀਂ ਬੱਕਰੀ ਦਾ ਦੁੱਧ ਪੀਓ ਜੀ, ਤੁਸੀਂ ਕੀਵੀ ਦਾ ਫਲ ਖਾਓ ਜੀ, ਹਾਂਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਇਹਨਾਂ ਦਾ ਕੋਈ ਅਸਰ ਨਹੀਂ ਹੈ ਕਿਸੇ ਚੀਜ਼ ਦੇ ਉੱਤੇ। ਠੀਕ ਹੈ, ਤੁਸੀਂ ਨਾਰਮਲ ਡਾਈਟ ਲੈਣੀ ਹੁੰਦੀ ਹੈ ਜੋ ਤੁਹਾਡੇ ਘਰ 'ਚ ਹੈਗੀ ਹੈ, ਤੇ ਵਾਧੂ ਚੀਜ਼ਾਂ ਦਾ ਇਹਨਾਂ ਦੇ ਨਾਲ ਕੋਈ ਕੋਈ ਕਿਸੇ ਕਿਸਮ ਦਾ ਤੁਹਾਨੂੰ ਫਾਇਦਾ ਨਹੀਂ ਹੋਣ ਵਾਲਾ। ਤੇ ਦੂਸਰਾ ਇਹ ਹੈਗਾ ਕਿ ਡਾਕਟਰ ਦੇ ਕੋਲ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਵੀ ਉਹਦੀ ਕੰਸਲਟੇਸ਼ਨ ਜ਼ਰੂਰੀ ਹੈ। ਜੀ, ਤੀਸਰਾ ਇੱਕ ਇਹ ਹੈਗਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਇਸ ਸੀਜ਼ਨ ਦੇ ਵਿੱਚ ਜਿੱਥੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪਾਣੀ ਠੀਕ ਨਹੀਂ ਹੈਗਾ, ਉਹਦਾ ਪਾਣੀ ਦਾ ਬਜਾਏ ਕਿ ਆਪਾਂ ਬੋਤਲਾਂ ਵਾਲਾ ਪਾਣੀ ਪੀਏ, ਉਹਦਾ ਇਹ ਹੁੰਦਾ ਕਿ ਪਾਣੀ ਉਬਾਲ ਕੇ ਠੰਡਾ ਕਰਕੇ ਉਸ ਨੂੰ ਪੀਓ। ਠੀਕ ਹੈ, ਦੂਸਰਾ ਇਹ ਹੈਗਾ ਕਿ ਜਿਹੜਾ ਇਹ ਪਾਣੀ ਇਕੱਠਾ ਹੋਇਆ ਹੁੰਦਾ ਤੁਹਾਡੇ ਘਰਾਂ ਦੇ ਵਿੱਚ ਵੀ ਹਾਂਜੀ ਹਾਂ, ਉਹ ਪਾਣੀ ਨਹੀਂ ਇਕੱਠਾ ਹੋਣ ਦੇਣਾ ਚਾਹੀਦਾ ਕਿਉਂਕਿ ਮੱਛਰ ਦੇ ਪਾਲਣ ਦੀ ਜਗ੍ਹਾ ਹੋਈ ਹੈ। ਡੇਂਗੂ ਵਾਲਾ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਤਾਂ ਸਾਫ਼ ਪਾਣੀ ਤੇ ਬੈਠਦਾ, ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਹਫ਼ਤੇ 'ਚ 1 ਵਾਰੀ ਜਿਹੜੇ ਤੁਹਾਡੇ ਘਰ 'ਚ ਕੋਈ ਕੂਲਰ, ਏਸੀ, ਗਮਲੇ, ਕੋਈ ਹੋਰ ਟੁੱਟੇ ਫੁੱਟੇ ਬਰਤਨ ਪਏ ਹੋਏ ਨੇ ਜਾਂ ਪਾਰਕਾਂ ਦੇ ਵਿੱਚ ਲੋਕ ਅਸੀਂ ਦੇਖਿਆ ਸੀਗਾ ਕਿ ਉਹ ਜਿਹੜਾ ਪਾਣੀ ਪਿਆਉਣ ਵਾਸਤੇ ਜਾਨਵਰਾਂ ਨੂੰ ਰੱਖ ਦਿੰਦੇ ਆ, ਫਿਰ ਉਹਨਾਂ ਨੂੰ ਸਾਫ਼ ਕੋਈ ਨਹੀਂ ਕਰਦਾ, ਉਹਦੇ 'ਚ ਬਹੁਤ ਜ਼ਿਆਦਾ ਹੁੰਦਾ ਹੈ ਇਹ ਜਿਹੜਾ ਡੇਂਗੂ ਵਾਲਾ। ਸੋ ਇਹਦਾ ਨਾ ਹਫ਼ਤੇ 'ਚ ਦਾ ਕੋਰਸ ਹੁੰਦਾ ਹੈ ਭਾਈ, ਇਸ ਕਰੇ ਕਹਿੰਦੇ ਆ ਕਿ ਹਫ਼ਤੇ 'ਚ 1 ਵਾਰੀ ਜ਼ਰੂਰ ਇਸ ਨੂੰ ਸਾਫ਼ ਕਰ ਦਿਓ, ਪਾਣੀ ਸੁਕਾ ਦਿਓ ਤਾਂ ਕਿ ਇਹ ਪੂਰਾ ਆਪਣੇ ਲਾਈਫ ਸਟਾਈਲ ਜਿਹੜਾ ਸਾਈਕਲ ਜਿਹੜਾ ਹੈਗਾ ਉਸ ਨੂੰ ਪੂਰਾ ਨਾ ਕਰ ਸਕੇ। ਠੀਕ ਹੈ, ਇਸੇ ਤਰ੍ਹਾਂ ਜਿਹੜਾ ਗੰਦਾ ਪਾਣੀ ਹੈਗਾ ਉਹ ਤਾਂ ਚਲੋ ਅਸੀਂ ਕਹਿੰਦੇ ਹੁੰਦੇ ਸੀ ਕਿ ਬਹੁਤਾ ਅੱਜ ਕੱਲ੍ਹ ਵੈਸੇ ਤਾਂ ਛੱਪੜ ਵੈਸੇ ਹੀ ਬੰਦ ਹੋਏ ਫਿਰਦੇ ਆ, ਪਰ ਫਿਰ ਵੀ ਅਸੀਂ ਕਹਿੰਦੇ ਹੁੰਦੇ ਆ ਵੀ ਟਰੈਕਟਰ ਤਕਰੀਬਨ ਸਾਰੇ ਪਿੰਡਾਂ 'ਚ ਹੈਗੇ ਆ, ਉਹਦੇ ਤੇ ਜੇ ਤੁਸੀਂ ਤੇਲ ਛਿੜਕਾ ਕਰਦੇ ਹੋ ਜਿੱਥੇ ਤੁਹਾਡੇ ਮੱਝਾਂ ਗਾਵਾਂ ਜਾਂ ਡੰਗਰ ਪਾਣੀ ਨਹੀਂ ਪੀਂਦੇ ਹੈ ਨਾ, ਜੀ, ਤੇ ਉਹ ਤੁਹਾਡਾ ਫਾਇਦੇਮੰਦ ਹੋ ਸਕਦਾ। ਇਸੇ ਤਰ੍ਹਾਂ ਦੂਸਰਾ ਇਹ ਹੈਗਾ ਕਿ ਜਿਹੜੀ ਖਾਸ ਕਰਕੇ ਮੈਂ ਪਿੰਡਾਂ 'ਚ ਦੇਖਿਆ ਹੈ ਕਿ ਇਹ ਜਿਹੜੀਆਂ ਗਲੀਆਂ ਨਾਲੀਆਂ ਸਾਫ਼ ਕਰਨ ਦੀ ਜ਼ਿੰਮੇਵਾਰੀ ਜਿਹੜੀ ਨਾ ਸਰਪੰਚ ਤੇ ਪਾਉਂਦੇ ਨੇ, ਇਹ ਲੋਕਾਂ ਨੂੰ ਸਮਝਣਾ ਪਏਗਾ ਕਿ ਇਹ ਜ਼ਿੰਮੇਵਾਰੀ ਤੁਹਾਡੀ ਹੈ, ਤੁਹਾਡੇ ਘਰ ਦੇ ਬਾਹਰ ਜਿਹੜੀ ਸਫਾਈ ਹੈਗੀ ਹੈ, ਕਿਉਂਕਿ ਮੱਛਰ ਨੇ ਸਰਪੰਚ ਦੇ ਇਕੱਲੇ ਦੇ ਘਰ ਤੇ ਕੱਟਣਾ ਨਹੀਂ ਨਾ ਮੈਂਬਰ ਦੇ ਘਰ ਕੱਟਣਾ, ਉਹਨੇ ਤੇ ਜੇ ਬਿਮਾਰੀ ਫੈਲਣੀ ਤਾਂ ਫਿਰ ਸਾਰੇ ਪਿੰਡ ਜਾਂ ਸ਼ਹਿਰ 'ਚ ਹੀ ਫੈਲਦੀ ਹੈ। ਇਹ ਲੋਕਾਂ ਦੀ ਨਾ ਬੜੀ ਮਿਸਕਨਸੈਪਸ਼ਨ ਹੈਗੀ ਹੈ ਕਿ ਆਪੇ ਆਣਗੇ ਜੀ, ਐਮਸੀ ਵਾਲੇ ਆਣਗੇ ਉਹ ਚੱਕੇ ਲੈ ਜਾਣਗੇ ਜੀ, ਸਰਪੰਚ ਹੀ ਇਹਦੀ ਸਫਾਈ ਕਰਾਏਗਾ ਜਾਂ ਚੌਂਕੀਦਾਰ ਕਰੇਗਾ, ਇਹ ਗੱਲ ਜਿਹੜੀ ਹੈਗੀ ਲੋਕਾਂ ਨੂੰ ਦਿਮਾਗ 'ਚ ਜ਼ਰੂਰ ਕੱਟਣੀ ਪਏਗੀ। ਇੱਕ ਡਾਕਟਰ ਸਾਹਿਬ ਇਹ ਵੀ ਦੱਸਿਓ ਕਿ ਇਹ ਕਿੰਨੇ ਕੁ ਦਿਨ ਦਾ ਸਰਕਲ ਹੁੰਦਾ ਕਿ ਜਿਹੜਾ ਇਹ ਆਪਣੇ ਆਪ ਠੀਕ ਹੋ ਜਾਂਦਾ, ਜੇ ਨਹੀਂ ਹੁੰਦਾ ਫਿਰ ਡਾਕਟਰ। ਹਾਂ ਆਪਾਂ ਮੰਨ ਕੇ ਚੱਲਦੇ ਹੁੰਦੇ ਹਾਂ ਕਿ ਇਹ 5-4 ਦਿਨਾਂ ਦਾ ਕੋਰਸ ਦਾ ਤਕਰੀਬਨ ਦੇਖੋ ਜਿੱਥੇ ਤੱਕ ਤਾਂ ਇਹ ਡੇਂਗੂ ਵਾਲਾ ਹੈਗਾ ਇਹ 5 ਜਾਂ 6 ਦਿਨ ਤੋਂ ਬਾਅਦ ਠੀਕ ਹੋਣ ਲੱਗ ਜਾਂਦਾ, ਪਰ ਉਹਦੇ ਵਿੱਚ ਕਈ ਵਾਰੀ ਚਾਂਸਸ ਹੁੰਦੇ ਨੇ, ਫਿਰ ਉਹ ਲੰਬੀ ਡਿਸਕਸ਼ਨ ਹੋ ਜਾਣੀ ਹੈ। ਲੇਕਿਨ ਪਾਣੀ ਪਹਿਲਾ ਤੇ ਪੈਰਾਸੀਟਾਮੋਲ ਦੀ ਗੋਲੀ 2 ਨੰਬਰ, ਤੇ ਤੀਸਰਾ ਇਹ ਹੈਗਾ ਕਿ ਜੇ ਤੁਹਾਨੂੰ ਕੋਈ ਟੱਟੀਆਂ ਉਲਟੀਆਂ ਹੋਰ ਕਿਸੇ ਦੇ ਲੱਗ ਰਹੀਆਂ ਤੇ ਫਿਰ ਤੁਸੀਂ ਡਾਕਟਰ ਨੂੰ ਕੰਸਲਟ ਕਰਨਾ। ਇਸੇ ਤਰ੍ਹਾਂ ਜਿਹੜਾ
वायरल बुखार हैगा ये तो नॉर्मली 4-5 दिन रहेगा, फिर बहुत ही वारी तो अपने आप ठीक हो जाता, पर वो असी कई बार दवाई इस करके देनी पैंदी है कि कोई होर इन्फेक्शन एडअप हो जाए। इसे ठीक तरह जो असी चट्टियां उल्टियां की गल करनी है तो नींबू पानी सब तो वधिया, बल्कि सकंजवी, जे तुहानू शुगर की शिकायत ना हो तो आप जी घर सकंजवी बनाने सब तो वधिया बेस्ट है, जी ठीक जी है। ते सिंपल पानी भी जो तुसी ला लो तो भी वो थोड़ा काम जिहड़ा हैगा उहदे नाल कवर अप हो जाता है। टाइफाइड का जिहड़ा हुंदा है ये नॉर्मली बुखार हल्का हुंदा है लेकिन काफी लंबा समा रह जाता है, जी इहदे जी वास्ते तां ट्रीटमेंट तो बगैर तुहाडा गुजारा नहीं होना। मलेरिया भी इसे तरह हुंदा है कि मलेरिया जिहड़ा पहला आपां कहिंदे हुंदे सी कंब के चढ़ता, कोई जरूरी नहीं है, लेकिन केसेस भी वैसे मलेरिया के कंपैरेटिवली घट गए ने, लेकिन मलेरिया का इलाज भी सिर्फ दवाई है, उस तो पहला उसका कोई इलाज नहीं है। जो आप सोचिए कि वैसे ठीक हो जाएगा, वैसे भी उसने ठीक होना वो तो फिर ये खुराक कैसी जी होनी चाहिए है खुराक नॉर्मल, जिस तरह मैं कह सब तो पहली गल तो पानी जी। सब तो बड़ी जिहड़ा हैगा, दूसरा यह हैगा कि बाहर का खाना जिहड़ा हैगा उसनू बंद किया जाए, जी तीसरा यह हैगा कि उबाल के पानी पीना, ते खाना हल्का खाना, ते भावे ज्यादा बार खा लो लेकिन हल्का खा लो, घर का बनया हुआ खाना जिहड़ा हैगा वो सब तो वधिया हुंदा, उहदे बराबर की होर कोई चीज नहीं है। वेज नॉन वेज वेज नॉन वेज तो डिपेंड करता है कि अगर तुम लेने हो तो तुम ले सकते हो, तुम्हें कोई बहुत बड़ी मुश्किल नहीं आने लगी, जी लेकिन वेजिटेबल साफ जिहड़ियां हैगियां ने वो ज्यादा वधिया ने, ते क्योंकि वेज नॉन वेज तो अंडे तो वैसे किसी को कुछ नहीं कहते, जब तक तुम्हारा मीट मच्छी जिहड़ी हैगी है वो कंपैरेटिवली स्टिल बैटर, ते जी दूसरे जिहड़ा हैगा नॉन वेज तुम खा सकते हो, उहदे च बंदिश कोई नहीं है, लेकिन यह हैगा फिर उन्होंने फिर चंगी तरह पकाया होना चाहिए। ਠੀਕ ਹੈ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਾਰੀ ਜਾਣਕਾਰੀ ਦਿੱਤੀ ਹੈ ਤੇ ਇਸ ਦੇ ਨਾਲ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਫਾਇਦਾ ਹੋਊਗਾ। ਫਾਰ ਆਲ ਯੂਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ, ਕਾਲ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ। Flangbird Truck Repair, trust we build in truck repair, or scan QR code to contact us. The Masala Twist Oxnard Fine Authentic Indian Cuisine, or scan QR code to contact us. Pizza Twist, taste we twist, order today, call or visit website or scan QR code to contact us. New India Market, or scan QR code to contact us. Taba Indian Cuisine, Tracy Fine Authentic Indian Cuisine in Tracy, or scan QR code to contact us. Bila Market, scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love. Scan this QR code to contact us. Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.